ਮੈਂ ਖੁਦ ਰਿਪੋਰਟ ਸਾਹਮਣੇ ਲਿਆਉਣ ਦੇ ਲਈ ਕਿਹਾ ਸੀ। ਢੀਂਡਸਾ ਨੇ ਕਿਹਾ ਕੌਂਕੇ ਨੇ ਕਦੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਨਹੀਂ ਸੀ ਕੀਤਾ। ਕੌਂਕੇ ਨੇ ਹਮੇਸ਼ਾ ਪੰਜਾਬ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਸੀ। ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਨੇ ਕੌਂਕੇ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕਹੀ ਸੀ। ਸੁਖਦੇਵ ਸਿੰਘ ਢੀਂਡਸਾ ਇਹ ਵੀ ਕਹਿ ਰਹੇ ਨੇ ਪਰ ਕਦੇ ਖਾਲਿਸਤਾਨ ਦਾ ਸਮਰਥਨ ਨਹੀਂ ਕੀਤਾ। ਔਰ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਸੀਐਮ ਸੀਗੇ, ਉਹਨਾਂ ਨੇ ਕਾਰਵਾਈ ਦੀ ਗੱਲ ਕਹੀ ਸੀ ਰਿਪੋਰਟ ਦੇ ਉੱਤੇ, ਪਰ ਕਿੱਥੇ ਜਾ ਕੇ ਗੱਲ ਰੁਕ ਗਈ ਇਹ ਨਹੀਂ ਪਤਾ ਲੱਗਿਆ। ਕੌਂਕੇ ਦੇ ਮਾਮਲੇ ਚ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ, ਲਗਾਤਾਰ ਹਰ ਪਾਸੋਂ ਮੰਗ ਉੱਠ ਰਹੀ ਹੈ ਕਿ 31 ਸਾਲ ਬੀਤ ਜਾਣ ਦੇ ਬਾਅਦ ਅੱਜ ਤੱਕ ਇਹ ਮਸਲਾ ਇਸ ਤਰ੍ਹਾਂ ਉਲਝਿਆ ਕਿਉਂ ਆ, ਆਖਿਰ ਕਿਉਂ ਸੱਚ ਸਾਹਮਣੇ ਨਹੀਂ ਆ ਪਾ ਰਿਹਾ ਤੇ ਸੱਚ ਸਾਹਮਣੇ ਆਉਣਾ ਚਾਹੀਦਾ। ਸਾਡੇ ਨਾਲ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਅਕਾਲੀ ਦਲ ਸੰਯੁਕਤ ਚ ਨੇ ਬੇਸ਼ੱਕ ਹੁਣ, ਪਰ ਅਕਾਲੀ ਦਲ ਅਗਰ ਸਾਰੇ ਦੀ ਗੱਲ ਕਰੀਏ ਤਾਂ ਤਕਰੀਬਨ ਸਭ ਤੋਂ ਸੀਨੀਅਰ ਮੰਨਿਆ ਜਾਂਦਾ ਸੁਖਦੇਵ ਸਿੰਘ ਢੀਂਡਸਾ ਜੀ ਸਾਡੇ ਨਾਲ ਨੇ। ਢੀਂਡਸਾ ਸਾਹਿਬ, ਜਿੱਥੇ ਤੱਕ ਕੌਂਕੇ ਹੋਰਾਂ ਦਾ ਮਸਲਾ, ਜਦੋਂ ਅਸੀਂ ਵੀ ਉਹਨਾਂ ਬਾਰੇ ਪੜਤਾਲ ਕੀਤੀ, ਜਦੋਂ ਅਸੀਂ ਗਹਿਰਾਈ 'ਚ ਗਏ ਤਾਂ ਪੜ੍ਹ ਕੇ ਸੁਣ ਕੇ ਸਾਡੀ ਵੀ ਰੂਹ ਕੰਬ ਗਈ ਕਿ ਜਥੇਦਾਰ ਸਾਹਿਬ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਹੋਣ, ਉਸ ਵੇਲੇ ਮੌਜੂਦਾ ਹੋਣ। ਬੇਸ਼ੱਕ ਸਰਬੱਤ ਖਾਲਸਾ ਨੇ ਥਾਪਿਆ ਸੀ ਕਿਉਂਕਿ ਵੱਡੀ ਤਾਂ ਕੌਮ ਹੈ ਖਾਲਸਾ, ਉਹਨਾਂ ਦਾ ਇਸ ਤਰ੍ਹਾਂ ਦੁਖਦਾਈ ਤਸ਼ੱਦਦ ਢਾ ਢਾ ਕੇ ਉਹਨਾਂ ਦਾ ਅੰਤ ਕਰਨਾ ਅਤੇ ਮਸਲਾ ਅੱਜ ਤੀਕਰ ਪਤਾ ਹੀ ਨਹੀਂ ਕਿੱਥੇ ਗੁਆਚਿਆ ਹੋਇਆ। ਇਹਦੇ 'ਚ ਕੋਈ ਦੌਰਾ ਨਹੀਂ, ਇੰਨਾ ਦੁਖਦਾਈ ਹੈ ਕਿ ਇਸ ਤਰ੍ਹਾਂ ਦਾ ਬੰਦਾ ਜਿਹੜਾ ਬਹੁਤ ਸਪੱਸ਼ਟ ਅਤੇ ਇਮਾਨਦਾਰ ਹੋਵੇ, ਸਪੱਸ਼ਟ ਹੋਵੇ, ਔਰ ਕਦੇ ਵੀ ਉਹਨੇ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ, ਔਰ ਬਹੁਤ ਸਾਫ਼ ਦਿਲ ਆਦਮੀ ਸੀ ਔਰ ਅੜਨ ਵਾਲਾ ਸੀ, ਹਰ ਗੱਲ 'ਤੇ ਅੜ ਜਾਂਦਾ ਸੀ ਗਲਤ ਗੱਲ 'ਤੇ। ਇਸ ਕਰਕੇ ਉਸ ਤਰ੍ਹਾਂ ਦੇ ਉਹਦੀ ਰਿਪੋਰਟ ਛਪਣ ਨਾ ਛਪਾਉਣੀ ਅਤੇ ਉਹਦੀ ਉਹਨੂੰ ਇਸ ਤਰ੍ਹਾਂ ਜੋ ਆਪਾਂ ਦੇਖ ਰਹੇ ਹਾਂ ਵੀ ਕੋ ਕੇ ਉਹਨੂੰ ਮਾਰਨਾ ਬਹੁਤ ਦੁਖਦਾਇਕ ਗੱਲ। ਢੀਂਡਸਾ ਸਾਹਿਬ, ਉਸ ਦੌਰ ਦੇ ਵਿੱਚ ਤੁਸੀਂ ਵੀ ਪੂਰੇ ਐਕਟਿਵ ਸੀ, ਉਹਨਾਂ ਦੇ ਨਾਲ ਕਦੇ ਮੁਲਾਕਾਤ ਹੋਈ ਸੀ ਜਥੇਦਾਰ ਸਾਹਿਬ ਹੋਰਾਂ ਦੇ ਨਾਲ, ਔਰ ਪਰਸਨਲੀ ਜੋ ਤੁਸੀਂ ਉਹਨਾਂ ਨੂੰ ਮਿਲਦੇ ਸੀ ਤਾਂ ਸ਼ਖਸੀਅਤ ਕਿੱਦਾਂ ਦੀ ਸੀ? ਨਹੀਂ, ਸ਼ਖਸੀਅਤ ਉਹਨਾਂ ਦੀ ਬਹੁਤ ਅੱਛੀ ਸੀ, ਮੈਨੂੰ 2 ਕੁ ਵਾਰੀ ਮਿਲੇ ਸੀ, ਬਹੁਤੀ ਵਾਰੀ ਨਹੀਂ ਮਿਲੇ ਸੀ ਅਤੇ ਲੇਕਿਨ 2 ਕੁ ਵਾਰੀ ਮਿਲੇ ਮੈਨੂੰ, ਔਰ ਬਹੁਤ ਹੀ ਅੱਛੇ ਇਨਸਾਨ ਸੀ, ਇਹਦੇ 'ਚ ਕੋਈ ਦੌਰਾ ਨਹੀਂ। ਇੱਕ ਚੀਜ਼ ਹੋਰ ਸਮਝ ਨਹੀਂ ਚਾਹੂੰਗਾ, ਜਿਸ ਤਰ੍ਹਾਂ ਉਸ ਦੌਰ ਦੇ ਦੌਰਾਨ ਕਈਆਂ ਤੇ ਐਲੀਗੇਸ਼ਨ ਲਾ ਕੇ ਕਿ ਇਹ ਹਥਿਆਰਬੰਦ ਸੀ ਜੀ, ਇਹਨੇ ਖਾਲਿਸਤਾਨ ਦੀ ਗੱਲ ਕਰਤੀ ਜੀ, ਅਨੇਕਾਂ ਮੁੰਡੇ ਜਿਹੜੇ ਆ ਉਹ ਮਾਰੇ ਗਏ, ਪਰ ਉਹਨਾਂ ਨੂੰ ਲੈ ਕੇ ਜਿੰਨਾ ਕੁ ਮੈਂ ਸਮਝ ਸਕਿਆ ਸ਼ਾਇਦ ਉਹ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਇੱਕ ਸਿੱਖ ਪ੍ਰਚਾਰਕ ਦੀ ਸੀ, ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ। ਤੁਸੀਂ ਕੀ ਸਮਝਦੇ ਹੋ ਔਰ ਤੁਸੀਂ ਉਸ ਦੌਰ ਤੋਂ ਉਹਨਾਂ ਨੂੰ ਜਾਣਦੇ ਹੋ, ਉਸ ਦੌਰ ਦੇ ਵਿੱਚੋਂ ਤੁਸੀਂ ਵਿਚਰੇ ਹੋਏ ਹੋ, ਕੀ ਕਦੇ ਉਹ ਹਥਿਆਰਬੰਦ ਲੜਾਈ ਜਾਂ ਕਦੇ ਉਹ ਖਾਲਿਸਤਾਨ ਵਾਲੀ ਮੂਵਮੈਂਟ ਦੇ ਵਿੱਚ ਕਦੇ ਚੱਲੇ ਜਾਂ ਇਸ ਨੂੰ ਲੈ ਕੇ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਸੀ? ਨਹੀਂ, ਉਹਨਾਂ ਨੇ ਤਾਂ ਖਾਲਿਸਤਾਨ ਵਾਲੀ ਗੱਲ 'ਤੇ ਉਹਨਾਂ ਨੂੰ ਕਹਿਤਾ ਸੀ ਵੀ ਖਾਲਿਸਤਾਨ ਡਿਕਲੇਅਰ ਕਰ ਦਿਓ, ਉਹ ਕਹਿੰਦੇ ਮੈਂ ਨਹੀਂ ਕਰਨੀ। ਉਹ ਇਸ ਤਰ੍ਹਾਂ ਸਪੱਸ਼ਟ ਇਨਸਾਨ ਸੀ, ਉਹ ਤਾਂ ਮਨ 'ਚ ਨਹੀਂ ਕੋਈ ਲਗਾ ਕੇ ਲੁਕੋ ਕੇ ਰੱਖਦਾ ਸੀ, ਜਿਵੇਂ ਅੱਜ ਕੱਲ੍ਹ ਦੀ ਦੁਨੀਆ ਮਨ 'ਚ ਕੁਛ ਹੋਰ ਹੈ, ਬੋਲਦੇ ਕੁਛ ਹੋਰ ਹੈ, ਉਸ ਤਰ੍ਹਾਂ ਦੇ ਉਹ ਇਨਸਾਨ ਨਹੀਂ ਸੀ। ਅੱਛਾ, ਕੀ ਖਾਲਿਸਤਾਨ ਦੇ ਮਸਲੇ 'ਤੇ ਜਿਸਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕੀ ਚਰਚਾ ਹੋਈ ਸੀ ਉਹਨਾਂ ਦਾ? ਅਖਬਾਰਾਂ 'ਚ ਹੀ ਪੜ੍ਹਿਆ ਉਦੋਂ ਕਿ ਉਹਨੂੰ ਕਿਹਾ ਸੀ ਵੀ ਖਾਲਿਸਤਾਨ ਦੀ ਡਿਕਲੇਅਰ ਕਰ ਦਿਓ ਸੀ, ਉਹਨੇ ਕਿਹਾ ਵੀ ਮੈਂ ਨਹੀਂ ਕਰਨਾ ਕਿਉਂਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ, ਕਿਉਂਕਿ ਉਹਨਾਂ ਨੇ ਕਦੇ ਵੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਬਾਹਰ ਨਾ ਸੰਤ ਗਏ ਸੀ, ਸੰਤ ਲੋਕ ਪਿੰਡ ਵਾਲੇ, ਔਰ ਉਹਨਾਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਸੀ ਰੱਖੀ। ਉਹਨਾਂ ਨੇ ਇੱਕੋ ਵਾਰੀ ਕਿਹਾ ਸੀ ਕਿ ਜੇ ਮੈਂ ਦੇ ਦੇਣਗੇ ਤਾਂ ਅਸੀਂ ਨਾ ਨਹੀਂ ਕਹਿੰਦੇ, ਪਰ ਸਾਡੀ ਮੰਗ ਨਹੀਂ। ਇਸ ਕਰਕੇ ਉਹਨਾਂ ਨੇ ਕਿਹਾ ਵੀ ਮੇਰੀ ਖਾਲਿਸਤਾਨ ਦੀ ਮੰਗ ਨਹੀਂ ਹੈ, ਅਸੀਂ ਵੱਧ ਅਧਿਕਾਰ ਚਾਹੁੰਦੇ ਹਾਂ, ਅਸੀਂ ਲੜਾਈ ਸਾਡੀ ਸੈਂਟਰ ਨਾਲ ਹੈਗੀ ਹੈ,
ਪੱਤਰਕਾਰਾਂ ਦੀ ਹੈਗੀ ਆ ਤੇ ਦੂਸਰੀ ਉਹ ਵੱਖਰੀ ਗੱਲ ਹੈ ਤੇ ਲੇਕਿਨ ਉਹਨਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਇਹ ਵੀ ਸਵਾਲ ਉੱਠਦੇ ਨੇ ਕਿ ਇਸ ਰਿਪੋਰਟ ਤੇ ਕਾਰਵਾਈ ਕਿਉਂ ਨਹੀਂ ਹੋਈ? ਤੁਸੀਂ ਉਸ ਦੌਰ ਦੇ ਤੁਸੀਂ ਵੀ ਸੱਤਾ ਹੰਢਾਈ ਹੈ ਉਸ ਦੌਰ ਦੇ ਦੌਰਾਨ ਔਰ ਤੁਸੀਂ ਵੀ ਪੰਥਕ ਆਗੂ ਦੇ ਤੌਰ ਤੇ ਵਿਚਰਦੇ ਰਹੇ ਤਾਂ ਪੰਥ ਤੇ ਵੀ ਇਸ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਕਦੇ ਤੁਸੀਂ ਇਸ ਮਸਲੇ ਨੂੰ ਲੈ ਕੇ ਉਸ ਵੇਲੇ ਕਦੇ ਚਰਚਾ ਕੀਤੀ, ਚਰਚਾ ਹੋਈ ਕਦੇ ਕਿ ਇਨਸਾਫ਼ ਹੋਣਾ ਚਾਹੀਦਾ? ਨਹੀਂ, ਮੇਰੀ ਇਕੱਲੇ ਬਾਦ ਸਾਹਿਬ ਨਾਲ ਹੋਈ ਸੀ ਔਰ ਮੈਂ ਬਾਦ ਸਾਹਿਬ ਨੂੰ ਕਿਹਾ ਸੀ, ਉਹ ਕਹਿੰਦੇ ਕੋਈ ਖਾਸ ਨਜ਼ਰ ਨਹੀਂ ਮੈਨੂੰ ਆਉਂਦਾ ਉਹਦੇ 'ਚ। ਮੈਂ ਕਿਹਾ ਕਰਦੇ ਛਾਇਆ, ਕਹਿੰਦੇ ਮੈਂ ਅਜੇ ਇਕਦਮ ਹੋ ਰਿਹਾ ਉਹਨੂੰ ਕਰ ਦਿਆਂਗੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਤੇ ਸਾਨੂੰ ਤਾਂ ਕਿਸੇ ਕਿਸਮ ਦਾ ਇਤਰਾਜ਼ ਨਹੀਂ ਉਸ 'ਤੇ ਅਤੇ ਕਰ ਦਿਆਂਗੇ। ਫਿਰ ਪਤਾ ਨਹੀਂ ਕੀ ਗੱਲ ਹੋ ਗਈ, ਕਿਉਂ ਨਹੀਂ ਹੋਈ ਇਹ ਗੋਡ ਨੋਜ਼। ਤੁਹਾਡੇ ਮੈਂ ਸ਼ਬਦਾਂ 'ਚ ਦੁਬਾਰਾ ਸਮਝਣਾ ਚਾਹੂੰਗਾ ਕਿ ਤੁਸੀਂ ਕੀ ਚਾਹੁੰਦੇ ਸੀ ਕਿ ਉਹ ਰਿਪੋਰਟ 'ਤੇ ਕਾਰਵਾਈ ਹੋਵੇ, ਰਿਪੋਰਟ ਸਾਹਮਣੇ ਆਵੇ? ਸਾਹਮਣੇ ਵੀ ਆਵੇ ਅਤੇ ਕਾਰਵਾਈ ਹੋਵੇ ਜੇ ਕੋਈ ਹੈਗੀ ਉਹਦੇ 'ਚ, ਪਰ ਉਹਦਾ ਉਦੋਂ ਬਾਅਦ ਦੋ ਤਿੰਨ ਹੋਰ ਕਾਰਪੋਰੇਸ਼ਨ ਸੀਟਾਂ ਬਣ ਗਈਆਂ, ਉਹਨਾਂ ਦੀਆਂ ਰਿਪੋਰਟਾਂ ਹੋਰ ਤਰੀਕੇ ਨਾਲ ਆਉਣ ਲੱਗ ਗਈਆਂ, ਉਹ ਪੁਲਿਸ ਵਾਲੇ ਨੇ ਬਣਾਈਆਂ। ਇਸ ਕਰਕੇ ਮੈਂ ਇਹਦੇ ਬਾਰੇ ਕੁਛ ਚਰਚਾ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਨਾ ਹੀ ਮੈਨੂੰ ਬਹੁਤਾ ਇਸ ਬਾਰੇ ਪਤਾ ਹੁਣ। ਅੱਛਾ, ਹੁਣ ਕੀ ਆਸ ਕਰਦੇ ਹੋ ਜੀ? ਦੇਖੋ, ਕਿਉਂਕਿ ਸਿਸਟਮ ਹੈ ਜਿਹੜਾ, ਜਦੋਂ ਆਉਂਦੇ ਆ ਕਿ ਸੱਚ ਸਾਹਮਣੇ ਆਉਣ ਲੱਗਦਾ, ਬੇਸ਼ੱਕ ਜ਼ਿਆਦਾਤਰ ਜਿਹੜੇ ਜਿਹਨਾਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਉਹ ਬੇਸ਼ੱਕ ਨਹੀਂ ਹੈਗੇ ਇਸ ਦੁਨੀਆਂ 'ਤੇ, ਪਰ ਜਿਹੜੇ ਕੁਝ ਹੈਗੇ ਵੀ ਨੇ ਚਾਹੇ ਕੋਈ ਵੀ ਨਾ ਹੋਵੇ, ਪਰ ਜਥੇਦਾਰ ਸਾਹਿਬ ਦੀ ਮੌਤ ਦਾ ਸੱਚ ਤੁਹਾਨੂੰ ਲੱਗਦਾ ਕਿ ਅੱਜ ਵੀ ਸਾਹਮਣੇ ਆਉਣਾ ਚਾਹੀਦਾ? ਬਿਲਕੁਲ ਸੱਚ ਆਉਣਾ ਚਾਹੀਦਾ ਕਿਉਂਕਿ ਜਿਸ ਦਿਨ ਉਹ ਸੱਚਾ ਇਨਸਾਨ ਸੀ, ਸੱਚੀ ਉਹਦਾ ਸਾਹਮਣੇ ਸੱਚ ਆਉਣਾ ਚਾਹੀਦਾ, ਤੇ ਕੋਈ ਦੌਰਾ ਨਹੀਂ। ਤਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣੀ ਸਾਹਿਬ ਤੌਰ 'ਤੇ ਕਹਿੰਦੇ ਨੇ ਕਿ ਮੈਂ ਉਹਨਾਂ ਦੇ ਜਥੇਦਾਰ ਕਿਉਂਕਿ ਉਹਨਾਂ ਦੇ ਨਾਲ ਦੋ ਵਾਰ ਮੁਲਾਕਾਤ ਵੀ ਹੋਈ ਹੈ, ਉਹਨਾਂ ਦੇ ਨਾਲ ਵਿਚਰਿਆ ਵੀ ਹੈ ਔਰ ਬੜੇ ਸਪਸ਼ਟ ਔਰ ਸਿੱਖੀ ਦੀ ਗੱਲ ਕਰਨ ਵਾਲੇ ਉਹ ਇਨਸਾਨ ਸੀ ਔਰ ਜਿਸ ਤਰ੍ਹਾਂ ਉਹਨਾਂ 'ਤੇ ਤਸ਼ੱਦਦ ਢਾਇਆ ਗਿਆ ਉਸ ਨੂੰ ਲੈ ਕੇ ਹਰ ਕੋਈ ਅੱਜ ਹੈਰਾਨ ਹੈ ਕਿ ਕੀ ਇੰਨੀ ਦਰਿੰਦਗੀ ਵੀ ਕੋਈ ਕਰ ਸਕਦਾ ਅਤੇ ਸੱਚ ਆ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ। ਹਾਲਾਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣੀ ਕਹਿੰਦੇ ਨੇ ਕਿ ਉਸ ਦੌਰ ਦੇ ਵਿੱਚ ਉਸ ਵੇਲੇ ਇਹ ਗੱਲ ਮੈਂ ਉਸ ਵੇਲੇ ਕੀਤੀ ਕਿ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਵੇ ਅਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਕਿੱਥੇ ਮਸਲਾ ਲਟਕ ਗਿਆ, ਕੀ ਹੁਣ ਸੱਚ ਸਾਹਮਣੇ ਆਏਗਾ, ਉਡੀਕ ਰਹੇਗੀ। ਉਧਰ ਸਪੈਸ਼ਲ ਕੈਂਪ ਦੇ ਵਿੱਚ ਇੰਤਕਾਲਾਂ ਦੇ 31,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ। 15 ਜਨਵਰੀ ਨੂੰ ਮੁੜ ਅਜਿਹੇ ਸਪੈਸ਼ਲ ਕੈਂਪ ਲੱਗਣਗੇ। ਇੰਤਕਾਲਾਂ ਦੇ ਨਾਲ ਜੁੜੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਹੋਵੇਗਾ। ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਵਿੱਚ ਅਜਿਹੇ ਕੈਂਪ ਲਾਏ ਜਾਣਗੇ। ਲੋਕਾਂ ਨੂੰ ਸਹੂਲਤ ਦੇਣ ਦੇ ਲਈ ਅਜਿਹੇ ਉਪਰਾਲੇ ਕਰਦੇ ਰਹਾਂਗੇ, ਇਹ ਮੁੱਖ ਮੰਤਰੀ ਨੇ ਕਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕਾਇਦਾ ਇਸ ਮੁਤਲਕ ਇੱਕ ਟਵੀਟ ਕੀਤਾ ਹੈ ਔਰ ਉਸ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਬੀਤੇ ਦਿਨੀ ਪੰਜਾਬ ਵਿੱਚ ਇੰਤਕਾਲਾਂ ਦੇ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਜਿੱਥੇ 31,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਹ ਇੱਕ ਚੰਗੀ ਪਹਿਲ ਹੈ। ਅਸੀਂ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ। ਅਸੀਂ ਦੁਬਾਰਾ 15 ਜਨਵਰੀ ਨੂੰ ਇਹ ਕੈਂਪ ਲਾਵਾਂਗੇ।